ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ 'ਚ ਤੇ ਅੱਜ ਆਪਾਂ ਕਰਾਂਗੇ ਚਿੱਠੀ ਪੱਤਰ ਦੀਆਂ ਕਿਸਮਾਂ ਚਿੱਠੀ ਪੱਤਰ ਜਿਹੜੇ ਆਪਾਂ ਲਿਖਦੇ ਹਾਂ ਜੀ 9ਵੀਂ 10ਵੀਂ 'ਚ ਠੀਕ ਹੈ ਜੀ ਤੇ ਵੀ ਉਹ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਤੇ ਕਿਸ ਤਰ੍ਹਾਂ ਉਹ ਆਪਾਂ ਕਿਹੜੇ-ਕਿਹੜੇ ਲਿਖਦੇ ਹਾਂ ਤੇ ਆਪਾਂ ਕਰਦੇ ਹਾਂ ਠੀਕ ਹੈ ਜੀ ਹਾਂਜੀ ਇਹ ਹੈਗੀਆਂ ਚਿੱਠੀ ਪੱਤਰ ਦੀਆਂ ਕਿਸਮਾਂ ਮੋٹے ਤੌਰ ਤੇ ਆਪਾਂ ਚਿੱਠੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਆਪਾਂ ਤਿੰਨ ਹਿੱਸੇਜ ਵੰਡਦੇ ਹਾਂ ਜਿਹੜੇ ਆਪਾਂ ਚਿੱਠੀ ਪੱਤਰ ਲਿਖਦੇ ਹਾਂ ਤੇ ਪਹਿਲੇ ਨੰਬਰ ਤੇ ਹੈ ਜੀ ਸਭ ਤੋਂ ਨਿੱਜੀ ਪੱਤਰ ਠੀਕ ਹੈ ਜੀ ਦੂਸਰੇ ਨੰਬਰ ਤੇ ਹੈ ਦਫਤਰੀ ਪੱਤਰ ਸਰਕਾਰੀ ਜਿਵੇਂ ਆਪਾਂ ਕਿਸੇ ਸਰਕਾਰੀ ਦਫਤਰ ਜਾਂ ਗੈਰ ਸਰਕਾਰੀ ਦਫਤਰ ਚ ਆਪਾਂ ਲਿਖਦੇ ਆ ਪੱਤਰ ਕਿਸੇ ਕੰਮ ਵਾਸਤੇ ਉਹਨੂੰ ਆਪਾਂ ਕਹਿੰਦੇ ਆ ਦਫਤਰੀ ਪੱਤਰ ਤੇ ਅੱਗੇ ਆ ਗਏ ਜੀ ਤੀਜੇ ਨੰਬਰ ਤੇ ਵਪਾਰਕ ਪੱਤਰ ਠੀਕ ਹੈ ਜੀ ਇਹ ਆਪਾਂ ਹੁਣ ਇਹਨਾਂ ਦਾ ਵਰਣਨ ਹੈ ਜਿਹੜਾ ਪੱਤੇ ਸਾਰਾ ਉਹਦੇ ਨਾਲ ਐਕਸਪਲੇਨ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਕਿਹੜਾ ਨਿੱਜੀ ਪੱਤਰ ਨਿੱਜੀ ਪੱਤਰ ਕਿਹੜੇ ਹੁੰਦੇ ਹਨ ਉਹ ਚਿੱਠੀ ਪੱਤਰ ਜਿਹੜੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਠੀਕ ਹੈ ਜੀ ਤੇ ਪਰਿਵਾਰਕ ਮੈਂਬਰਾਂ ਜਾਂ অতি ਨੇੜਲੇ ਵਾਕਫ ਖਾਰਾਂ ਵਾਕਫ ਖਾਰਾਂ ਯਾਨੀ ਕਿ ਜਾਣਕਾਰਾਂ ਨੂੰ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਘਰੇਲੂ ਜਾਂ ਕਿਸੇ ਨਿੱਜੀ ਮਸਲਿਆਂ ਬਾਰੇ ਲਿਖੇ ਜਾਣ ਠੀਕ ਹੈ ਜੀ ਇਹ ਉਹ ਪੱਤਰ ਨੇ ਨਿੱਜੀ ਜਿਹੜੇ ਆਪਾਂ ਕਿਸੇ ਆਪਣੇ ਫਰੈਂਡ ਸਰਕਲਸ ਪਰਿਵਾਰਿਕ ਮੈਂਬਰਾਂ ਨੂੰ ਜਾਂ ਆਪਣੇ ਜਾਣਕਾਰਾਂ ਨੂੰ ਕਿਸੇ ਯਾਰ ਮਿੱਤਰਾਂ ਨੂੰ ਲਿਖਦੇ ਆ ਉਹ ਹੁੰਦੇ ਹਨ ਨਿੱਜੀ ਪੱਤਰ ਠੀਕ ਹੈ ਜੀ ਇਹਨਾਂ ਵਿੱਚ ਨਿੱਜੀ ਜਿਹੜਾ ਦੁੱਖ ਸੁੱਖ ਖੁਸ਼ੀਆਂ ਗਮੀਆਂ ਸੁਨੇਹ ਆਦਿ ਦਾ ਵਰਣਨ ਕੀਤਾ ਜਾਂਦਾ ਤੇ ਇਹਨਾਂ ਨੂੰ ਘਰੇਲੂ ਜਾਂ ਪਰਿਵਾਰਕ ਚਿੱਠੀਆਂ ਵੀ ਕਿਹਾ ਜਾਂਦਾ ਹੈ ਨੰਬਰ 2 ਤੇ ਆ ਗਿਆ ਜੀ ਦਫਤਰੀ ਪੱਤਰ ਸਰਕਾਰੀ ਤੇ ਗੈਰ ਸਰਕਾਰੀ ਉਹ ਪੱਤਰ ਜਿਹੜੇ ਸਰਕਾਰੀ ਜਾਂ ਗੈਰ ਸਰਕਾਰੀ ਦਫ਼ਤਰਾਂ ਲਈ ਲਿਖੇ ਜਾਣ ਤੇ ਉਹ ਦਫਤਰੀ ਪੱਤਰ ਖਾਉਂਦੇ ਹਨ ਠੀਕ ਹੈ ਜੀ ਇਹਨਾਂ ਪੱਤਰਾਂ ਰਾਹੀਂ ਕੋਈ ਬੇਨਤੀ ਮੰਗ ਸ਼ਿਕਾਇਤ ਤੇ ਜਸ ਕੋਈ ਸਮੱਸਿਆ ਆਪਾਂ ਨੂੰ ਕਿਸੇ ਚੀਜ਼ ਦੀ ਠੀਕ ਹੈ ਜੀ ਉਸ ਉਸ ਚੀਜ਼ ਨੂੰ ਕੀ ਹੈ ਇਹਨਾਂ ਪੱਤਰਾਂ ਵਿੱਚ ਬਿਆਨ ਕੀਤਾ ਜਾਂਦਾ ਦੱਸਿਆ ਜਾਂਦਾ ਹੈ ਲਿਖਿਆ ਜਾਂਦਾ ਹੈ ਤੇ ਦਫਤਰੀ ਪੱਤਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਤਾਂ ਹੁੰਦੇ ਹਨ ਸਰਕਾਰੀ ਦਫਤਰੀ ਪੱਤਰ ਤੇ ਦੂਸਰੀ ਜਿਹੜੀ ਕਿਸਮ ਆਉਦੀ ਹੈ ਗੈਰ ਸਰਕਾਰੀ ਦਫਤਰੀ ਪੱਤਰ ਆਪਾਂ ਪਹਿਲਾਂ ਕਰਦੇ ਹਾਂ ਸਰਕਾਰੀ ਦਫਤਰੀ ਪੱਤਰ ਜਿਹੜੀ ਇਹਦੀ ਦਫਤਰੀ ਪੱਤਰ ਦੀ ਪਹਿਲੀ ਕਿਸਮ ਹੈ ਜਿਹੜੇ ਪੱਤਰ ਸਰਕਾਰੀ ਅਧਿਕਾਰੀਆਂ ਨੂੰ ਲਿਖੇ ਜਾਣ ਠੀਕ ਹੈ ਜੀ ਜਿਹੜੇ ਗਵਰਨਮੈਂਟ ਏਮਪਲੋਏ ਹੁੰਦੇ ਆ ਸਰਕਾਰੀ ਦਫਤਰਾਂ 'ਚ ਲੱਗੇ ਹੁੰਦੇ ਹੈ ਸਰਕਾਰੀ ਮੈਗ ਵਿੱਚ ਜਿਹੜੇ ਉਹਨਾਂ ਨੂੰ ਲਿਖੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਰਕਾਰੀ ਦਫਤਰੀ ਪੱਤਰ ਬਿਨੇ ਪੱਤਰ ਵੀ ਕਹਿ ਸਕਦੇ ਆਪਾਂ ਠੀਕ ਹੈ ਜੀ ਬੇਨਤੀ ਪੱਤਰ ਜਾਂ ਅਰਜ਼ੀਆਂ ਕਿਹਾ ਜਾਂਦਾ ਹੈ ਆਪਾਂ ਇਹਨੂੰ ਬਿਨੇ ਪੱਤਰ ਵੀ ਕਹਿ ਸਕਦੇ ਆਂ ਬੇਨਤੀ ਪੱਤਰ ਵੀ ਤੇ ਅਰਜ਼ੀ ਵੀ ਕਹਿ ਸਕਦੇ ਆਂ ਤੇ ਇੰਗਲਿਸ਼ ਵਿੱਚ ਕੀ ਆਪਾਂ ਇਹਨੂੰ ਐਪਲੀਕੇਸ਼ਨ ਬੋਲਦੇ ਆਂ ਲੈਟਰ ਜਾਂ ਐਪਲੀਕੇਸ਼ਨ ਇਹ ਸਕੂਲ ਕਾਲਜ ਦੇ ਮੁਖੀਆਂ ਅਤੇ ਹੋਰ ਉੱਚ ਸਰਕਾਰੀ ਅਹੁਦਿਆਂ ਤੇ ਜਿਹੜੇ ਲੱਗੇ ਹੋਏ ਹਨ ਬਿਰਾਜਮਾਨ ਹਨ ਸ਼ਖਸੀਅਤਾਂ ਉਹਨਾਂ ਨੂੰ ਲਿਖੇ ਜਾਂਦੇ ਹਨ ਕਿਸੇ ਵੀ ਇਨਸਾਨ ਨੂੰ ਵਿਅਕਤੀ ਨੂੰ ਕੋਈ ਪ੍ਰੋਬਲਮ ਹੈ ਸਰਕਾਰੀ ਦਫਤਰ ਵਿੱਚ ਉਹ ਆਪਣੀ ਜਿਹੜੀ ਕੀ ਹੈ ਮੁਸ਼ਕਿਲ ਦਾ ਹੱਲ ਕਰਨ ਲਈ ਇਹਨਾਂ ਨੂੰ ਇਹ ਪੱਤਰ ਜਿਹੜੇ ਹੈ ਉਹ ਲਿਖਦਾ ਉਸ ਤੋਂ ਅੱਗੇ ਆ ਗਿਆ ਜੀ ਆਪਣਾ ਗੈਰ ਸਰਕਾਰੀ ਦਫਤਰੀ ਪੱਤਰ ਇਹ ਹੈ ਜਿਹੜਾ ਆਪਣੇ ਪ੍ਰਾਈਵੇਟ ਜਿਹੜੇ ਮੈਕਮੇ ਆ ਠੀਕ ਹੈ ਜੀ ਜਿਹੜੇ ਪੱਤਰ ਗੈਰ ਸਰਕਾਰੀ ਨਿਜੀ ਨਿਜੀ ਚ ਆ ਗਿਆ ਪ੍ਰਾਈਵੇਟ ਅਧਿਆਂ ਤੇ ਬਿਰਾਜਮਾਨ ਵਿਸ਼ੇਸ਼ ਅਧਿਕਾਰੀਆਂ ਜਾਂ ਸ਼ਕਸ਼ੀਅਤਾਂ ਨੂੰ ਲਿਖੇ ਜਾਣ ਉਹ ਕੀ ਹੈ ਗੈਰ ਸਰਕਾਰੀ ਦਫਤਰੀ ਪੱਤਰ ਆਖਾਉਂਦੇ ਹਨ ਇਹਨਾਂ ਪੱਤਰਾਂ ਵਿੱਚ ਅਖਬਾਰਾਂ ਦੇ ਸੰਪਾਦਕ ਆਗੇ ਠੀਕ ਹੈ ਜੀ ਤੇ ਨਿਜੀ ਕੰਪਨੀ ਆ ਗਈ ਕੋਈ ਟੀਵੀ ਕੰਪਿਊਟਰ ਆਦਿ ਦੇ ਮੈਨੇਜਰ ਪੁਸਤਕ ਵਿਕਰੇਤਾ ਤੇ ਮੈਨੇਜਰ ਠੀਕ ਹੈ ਜੀ ਜਿਹੜੇ ਆ ਪੁਸਤਕਾਲਿਆ ਕੋਈ ਜਿੱਥੋਂ ਬੁੱਕਸ ਆਪਾਂ ਖਰੀਦਦੇ ਆ ਆਪਣੀਆਂ ਬੁੱਕ ਸੈਲਰ ਉਹਦੇ ਮੈਨੇਜਰ ਆਦਿ ਆ ਜਾਂਦੇ ਹਨ ਉਹਨਾਂ ਨੂੰ ਜਿਹੜੀ ਆਪਾਂ ਲਿਖਦੇ ਆ ਉਹ ਹੁੰਦੀਆਂ ਗੈਰ ਸਰਕਾਰੀ ਦਫਤਰੀ ਪੱਤਰ ਨੰਬਰ 3 ਦੇ ਆ ਗਿਆ ਜੀ ਵਪਾਰਕ ਪੱਤਰ ਉਹ ਪੱਤਰ ਜਿਹੜੇ ਵਪਾਰਕ ਅਦਾਰਿਆਂ ਨਾਲ ਜੁੜੇ ਵਿਅਕਤੀਆਂ ਨੂੰ ਵਪਾਰ ਦੇ ਲੈਣ-ਦੇਣ ਜਾਂ ਵਪਾਰ ਦੇ ਕਿਸੇ ਵੀ ਸਬੰਧ ਵਿੱਚ ਲਿਖੇ ਜਾਂਦੇ ਹਨ ਉਹ ਵਪਾਰਕ ਪੱਤਰ ਖਵਾਉਂਦੇ ਹਨ ਜਿਵੇਂ ਆਪਾਂ ਨੇ ਕਿਸੇ ਜਗ੍ਹਾ ਤੇ ਆਪਣੀ ਕੋਈ ਡੈਰੀ ਖੋਲ੍ਹਣੀ ਹੈ ਮੁਰਗੀ ਫਾਰਮ ਖੋਲ੍ਹਣਾ ਹੈ ਜਾਂ ਕੋਈ ਹੋਰ ਪ੍ਰਾਈਵੇਟ ਆਪਾਂ ਨੇ ਕੋਈ ਫਾਰਮ ਖੋਲ੍ਹਣੀ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਵਾਸਤੇ ਕੀ ਹੈ ਅਸੀਂ ਇਹ ਪੱਤਰ ਲਿਖਦੇ ਹਾਂ ਠੀਕ ਹੈ ਜੀ ਇਹ ਸੀ ਆਪਣੀ ਚਿੱਠੀ ਪੱਤਰ ਦੀਆਂ ਕਿਸਮਾਂ ਠੀਕ ਹੈ ਜੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਥੈਂਕ ਯੂ ਧੰਨਵਾਦ